ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਿਲ ਹੋਏ ਵਿਧਾਇਕ ਦਾ ਅਸਤੀਫਾ ਮਨਜ਼ੂਰ ਕਰ ਲਿਆ। ਜੀ ਹਾਂ, ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਸਵੀਕਾਰ ਕਰ ਲਿਆ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ। ਇਸ ਤੇ ਵਿਧਾਇਕ ਨੇ ਹੁਣ ਕਿਹਾ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਨੇ ਤੇ ਅਦਾਲਤ ਜਾਣਗੇ। ਉਹ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨਗੇ। ਇਸ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਕਰੀਬ 11 ਵਜੇ 11:30 ਵਜੇ ਸਪੀਕਰ ਨੂੰ ਮਿਲਣ ਦੇ ਲਈ ਵੀ ਪਹੁੰਚੇ ਸੀ, ਹਾਲਾਂਕਿ ਸਪੀਕਰ ਵਿਧਾਨ ਸਭਾ 'ਚ ਮੌਜੂਦ ਨਹੀਂ ਸਨ, ਜਿਸ ਕਾਰਨ ਵਿਧਾਇਕ ਨੂੰ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ। ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਆਏ ਸਨ। ਵਾਪਸ ਆਉਂਦੇ ਸਮੇਂ ਅੰਗੁਰਾਲ ਨੇ ਕਿਹਾ ਸੀ ਕਿ ਮੈਂ ਸਪੀਕਰ ਨੂੰ ਮਿਲਣ ਆਇਆ ਸੀ ਪਰ ਉਹ ਵਿਧਾਨ ਸਭਾ ਦੇ ਵਿੱਚ ਮੌਜੂਦ ਨਹੀਂ ਨੇ, ਮੈਂ ਉਹਨਾਂ ਦੇ ਸਕੱਤਰ ਨੂੰ ਮਿਲਣ ਆਇਆ। ਸਪੀਕਰ ਫਿਲਹਾਲ ਦਿੱਲੀ 'ਚ ਨੇ, ਜਿਸ ਕਾਰਨ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਮੈਂ ਸ਼ਕਤੀ ਸਾਹਿਬ ਨੂੰ ਮਿਲ ਕੇ ਆਇਆ, ਸਪੀਕਰ ਸਾਹਿਬ ਦੇ ਪੀਏ ਸਾਹਿਬ ਨੂੰ ਮਿਲ ਗਿਆ, ਉਹਨਾਂ ਦੇ ਸ਼ਕਤੀ ਦੋਨਾਂ ਨੂੰ ਮਿਲ ਕੇ, ਕਿਉਂਕਿ ਸਪੀਕਰ ਸਾਹਿਬ ਦਿੱਲੀ ਹੋਣ ਕਰਕੇ ਉਹਨਾਂ ਨੇ ਕਿਹਾ 11 ਵਜੇ ਬੁਲਾਇਆ, ਪਰ ਮੈਂ ਜਿਹੜਾ ਆਪਣਾ ਅਸਤੀਫਾ ਵਾਪਸ ਲੈਣ ਦਾ ਸੀ ਉਹ ਮੈਂ ਸਬਮਿਟ ਕਰਕੇ ਆ ਗਿਆ, ਉਹਨਾਂ ਨੂੰ ਦਿੱਤਾ, ਰਿਸੀਵਿੰਗ ਲੈ ਲਈ ਉਹਨਾਂ ਦੀ ਅਤੇ ਜਿਹੜੀ ਮੈਂ ਰਿਸੀਵਿੰਗ ਲੈ ਲਈ। ਠੀਕ ਹੈ, ਕਾਰਨ ਕੁਛ ਨਹੀਂ ਹੈ ਜੀ, ਮੈਂ ਚਾਹਤਾ ਥਾ ਕਿ ਜੋ ਇਲੈਕਸ਼ਨ ਹੈ ਉਹ ਲੋਕ ਸਭਾ ਕੇ ਸਾਥ ਹੋਤੇ, ਹਿਮਾਚਲ ਮੇਂ ਕਿਉਂ ਹੋਇਆ, ਹਿਮਾਚਲ ਮੇਂ ਤੋ ਸਾਥੀ ਹੋਏ, ਮੇਰੇ ਬਾਅਦ ਉਹਨਾਂ ਕਾ ਅਸਤੀਫਾ ਅਭੀ ਇਤਨੇ ਡੇ ਪੜੇ ਥੇ, 69 ਡੇ ਪੜੇ ਥੇ, ਚਲੋ ਇਨਕੀ ਮਰਜ਼ੀ ਹੈ, ਪਰ ਮੈਨੇ ਜੋ ਲੋਕਤੰਤਰ ਮੇਂ ਮੁਝੇ ਜੋ ਅਧਿਕਾਰ ਹੈ ਮੈਨੂੰ ਯੂਜ਼ ਕੀਆ, ਤੋ ਇਸ ਲਈ ਜੋ ਜਲੰਧਰ ਕੇ ਲੋਕ ਜਿਹਨਾਂ ਨੇ ਮੁਝੇ ਐਮਐਲਏ ਬਣਾਇਆ ਉਹਨਾਂ ਨੇ ਮੁਝੇ ਕਿਹਾ ਕਿ ਹਮਨੇ ਤੋ ਐਮਐਲਏ ਆਪਕੋ ਬਣਾਇਆ ਥਾ, ਹਮਨੇ ਕੋਈ ਪਾਰਟੀ ਕੇ ਲੀਏ ਨਹੀਂ ਚੁਣਾ, ਆਪਣਾ ਨੇਤਾ ਚੁਣ ਕੇ ਉਹਨੇ ਭੇਜਾ, ਬੇਟਾ ਬਣਾ ਕੇ ਭੇਜਾ, ਇਸ ਲਈ ਉਹ ਲੋਕਾਂ ਨੇ ਫੈਸਲਾ ਲਿਆ ਕਿ ਤੁਮ ਅਸਤੀਫਾ ਵਾਪਸ। ਸ਼ੀਤਲ ਜੀ, ਹੁਣ ਤੁਹਾਡੀ ਸੈਕਟਰੀ ਸਾਹਿਬ ਨਾਲ ਮੁਲਾਕਾਤ ਹੋਈ ਜਾਂ ਪੀਏ ਸਾਹਿਬ ਨਾਲ ਮੁਲਾਕਾਤ ਹੋਈ ਹੈ, ਕੀ ਗੱਲਬਾਤ ਹੋਈ ਹੈ? ਉਹਨਾਂ ਨੇ ਰਿਸੀਵ ਕਰ ਲਿਆ ਮੇਰਾ, ਜਿਹੜੀ ਮੇਰੀ ਅਸਤੀਫਾ ਲੈਣ ਦੀ ਜਿਹੜੀ ਮੇਰੀ ਲੈਟਰ ਸੀ ਉਹ ਰਿਸੀਵ ਕਰ ਲਈ ਹੈ, ਨੰਬਰ ਪਵਾ ਕੇ ਟਾਈਮ ਪਵਾ ਲਿਆ ਉਹਨਾਂ ਕੋਲ, 11:55 'ਤੇ ਰਿਸੀਵ ਕੀਤੀ ਉਹਨਾਂ ਨੇ। ਇਸ ਤੋਂ ਜਿਹੜਾ ਮੈਂ ਦੁਬਾਰਾ ਫਿਰ ਸਪੀਕਰ ਸਾਹਿਬ ਮਿਲਣ ਦੇ ਲਈ ਆਊਂਗਾ, 11:11 ਦੁਬਾਰਾ ਬੁਲਾਇਆ। ਬਦਲੇ Subscribe to One India channel and never miss an update.